ਵੀਰ ਜੀ ਕੀ ਫਤਿਹ, ਜਰੂਰੀ ਬਚਨ ਕਰਨੇ ਆ, ਸੁਣ ਲਿਓ ਸਮਾਂ ਥੋੜਾ। ਜਗਰਾਓ ਤੋਂ ਰਾਏਕੋਟ ਜਾਂਦਿਆਂ ਨੂੰ ਰਾਹ ਦੇ ਵਿੱਚ ਖਾੜੇ ਵਾਲੇ ਪੁਲ ਦੇ ਖੱਬੇ ਹੱਥ ਮੁੜ ਕੇ ਇੱਕ ਡੇਰਾ ਆਉਂਦਾ ਵਾ, ਗੁਰਦੁਆਰਾ ਚਰਨ ਘਾਟ ਸਾਹਿਬ, ਜਿੱਥੇ ਬਾਬਾ ਬਲਜਿੰਦਰ ਸਿੰਘ ਉੱਥੇ ਸੇਵਾ ਕਰਦੇ, ਜਿਹੜਾ ਚੁੰਨੀਆਂ ਜੀਆਂ ਬੰਨ ਕੇ ਰੱਖਦਾ ਸਿਰ ਤੇ ਗੁਲਾਬ ਗਲੂ ਦੇ ਫੁੱਲ, ਲੱਛਣ ਚ ਵਾਹਵਾ ਕਰਦਾ ਹੁੰਦਾ ਸੀ। ਇੱਕ ਕੰਪਲੇਂਟ ਆਈ ਆ ਸਾਡੇ ਕੋਲੇ, ਬੀਬੀ ਘਰੇ ਆਈ ਸੀ, ਮੈਨੂੰ 2 ਸਾਲ ਉਸ ਬਾਬੇ ਨੇ ਨਜਾਇਜ਼, ਬਾਬਾ ਜੀ ਨੇ ਅੱਗੋਂ ਸਾਨੂੰ 10 ਲੱਖ ਰੁਪਈਏ ਦਾ ਆਫਰ ਕੀਤਾ ਵੀ 10 ਲੱਖ ਰੁਪਈਆ ਤੁਹਾਨੂੰ ਦੇ ਦਿੰਦੇ ਆ ਤੇ ਤੁਸੀਂ ਇਸ ਚੀਜ਼ ਨੂੰ ਸ਼ਾਂਤ ਕਰੋ। ਅਸੀਂ ਉਹਨਾਂ ਨੂੰ ਹਾਂ ਕਰ ਦਿੱਤੀ ਵੀ ਠੀਕ ਆ, ਓਕੇ ਆ। ਤੇ ਬਾਬਾ ਜਦੋਂ ਸਾਡੇ ਨਾਲ ਸੰਪਰਕ ਚ ਆਇਆ ਪੈਸਿਆਂ ਲਈ ਗੱਲਬਾਤ ਕਰਨ, ਤੇ ਬਾਬਾ ਅਸੀਂ ਸਰਵਿਸ ਕਰਤੀ ਬਾਬੇ ਦੀ ਟਿਕਾ ਕੇ। ਸਮੂਹ ਸੰਪਰਦਾ ਵਾ, ਇੱਥੇ ਬੋਰਡ ਲੱਗਾ ਨਾਨਕਸਰ ਠਾੜ ਦਾ, ਸਮੂਹ ਜਥੇਬੰਦੀਆਂ, ਸਮੂਹ ਬਾਬੇ ਜਿਹੜੇ ਇਹਦੇ ਟੱਚ ਚ ਸੀ, ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲੇ, ਜਿਹੜਾ ਇੱਥੇ ਰਾਏਕੋਟ ਵਾਲੇ ਰੋਡ ਤੇ ਨਹਿਰ ਤੇ ਹੈਗਾ ਵਾ ਸਥਾਨ, ਬਾਬੇ ਦੀ ਸਰਵਿਸ ਕੀਤੀ ਆ ਟਿਕਾ ਕੇ। ਬਲਾਤਕਾਰ ਹੋਇਆ ਉੱਥੇ 4, ਤੇ ਕਾਰਵਾਈ ਅਸੀਂ ਕਰਾਂਗੇ ਵੱਡੇ ਲੈਵਲ ਤੇ। ਬਾਬਾ ਸਾਰਾ ਕੁਝ ਮੰਨਿਆ, ਵੀਡੀਓ ਰਿਕਾਰਡ ਆ, ਕੋਈ ਸਾਧਨਾ ਦੇਵੇ ਬਾਬੇ ਦਾ। ਹੁਣ ਅਸੀਂ ਉਹ ਵੀਡੀਓ ਕੱਲੀ ਕੱਲੀ ਅਪਲੋਡ ਕਰਾਂਗੇ ਜਿੱਥੇ ਕੁੜੀਆਂ ਨੇ ਬਿਆਨ ਦਿੱਤੇ, ਕੁੜੀ ਨੇ ਬਾਬੇ ਨੇ ਸਾਹਮਣੇ ਬਹਿ ਕੇ ਤੇ ਬਾਬਾ ਮੰਨਿਆ ਵੀ ਇੱਕ ਕੁਆਰੀ ਕੁੜੀ ਨੇ ਉਹਨੂੰ ਇੱਥੇ 40-40 ਵਾਰੀ ਉਹਨਾਂ ਨੇ ਗ੍ਰਸਤ ਕੀਤਾ ਉਸ ਬਾਬੇ ਨੇ, ਇੱਥੇ ਸਾਧ ਨੇ ਭੋਰਾ ਸਾਹਿਬ ਦੇ। ਠੀਕ ਆ, ਹੁਣ ਬੇਨਤੀ ਹੈਗੀ ਸਾਧ ਸੰਤ ਨੂੰ ਜਿੰਨੇ ਵੀ ਹੈਗੇ ਆ, ਬਾਬੇ ਨੇ